ਵਲੌਗ ਸਟਾਰਟ ਕਰਨ ਜਾ ਰਹੇ ਆ ਤੇ ਹੁਣੇ ਉੱਠੇ ਗੱਲ ਤਾਂ ਕੋਈ ਹੈ ਨਹੀਂ ਆਪੂ ਦਾ ਫੇਸ ਲਿਆਉਣਾ ਅਸੀਂ ਗੋ ਇਨ ਟੱਚ ਇਟ ਵੇਅਰ ਇਜ਼ ਯੋਰ ਮੇਕਅਪ ਟੋਏ ਮੇਕਅਪ ਟੋਏ ਮਸਟ ਬੀ ਅਰਾਊਂਡ ਹੇਅਰ ਸ਼ਾਪਿੰਗ ਕਰਨ ਲਈ ਕੈਰਪੋਰਟ ਦੇ ਵਿੱਚ ਥੋੜਾ ਪਲਾਨ ਆ ਜਬਲ ਹਫੀਤ ਜਾਣ ਦਾ ਬੈਠਣ ਲਈ ਥੋੜਾ ਵੱਡਾ ਵਾ ਲੇਕਿਨ ਵੀ ਗੋ ਫੋਰ ਦਿਸ ਫੋਰ ਫੋਰ ਪਰਸਨ ਵੀ ਗੋ ਫੋਰ ਦਿਸ ਅੱਜ ਦਾ ਬਲੌਗ ਸਟਾਰਟ ਇਹ ਕਰੂਗਾ ਬਾਈ ਜਬਲ ਹਫੀਤ ਦੇ ਉੱਤੇ ਤੇ ਸਾਨੂੰ ਮੁਸ਼ਕਿਲ ਕੰਮ ਜਿਹੜਾ ਹੋਣਾ ਬਿਲ ਪੇ ਕਰਨਾ ਬਾਈ ਕਰੂਗਾ ਹਾਫ ਲਈ ਚੋਕਲੇਟ ਲਏ ਸੀ ਕੱਢ ਦਿਓ ਕੱਢਦੇ ਹਾਂ ਬਹੁਤ ਮਹਿੰਗੇ ਲਈ ਅਤੇ ਜੋ ਮੇਰਾ ਫਸਟ ਵਲੌਗ ਸੀ ਉਹ ਕਿਹਾ ਸੀ ਨਾ ਜਬਲ ਹਫੀਤ ਦਾ ਤੁਹਾਨੂੰ ਐਂਟਰੈਂਸ ਦਿਖਾਇਆ ਸੀਗਾ ਗਰਾਊਂਡ ਫਲੋਰ ਅੱਜ ਆਪਾਂ ਟਰਾਈ ਕਰਾਂਗੇ ਟਰਾਈ ਨਹੀਂ ਅੱਜ ਜਾਣਾ ਹੀ ਆ ਇੰਨਾ ਸਮਾਨ ਲੈ ਲਿਆ ਯਾਰ ਆਪਾਂ ਕੈਂਪੇਨ ਦਾ ਘਰੇ ਮਿਲਦੇ ਹਾਂ ਫਿਰ ਤੁਹਾਨੂੰ ਉੱਥੇ ਲਿਸਟ ਦਿਖਾਉਂਦੇ ਹਾਂ ਕੀ ਕੀ ਲੈ ਕੇ ਜਾ ਰਹੇ ਹਾਂ ਵੈਲਕਮ ਗਾਇਜ਼ ਟੂ ਡੂਡੋ ਚੈਨਲ ਅੱਜ ਫਰਾਈਡੇ ਦਾ ਦਿਨ ਆ ਔਰ ਵਲੌਗ ਸਟਾਰਟ ਕਰ ਚੁੱਕਿਆ ਵਲੌਗ ਆਲਰੇਡੀ ਸਟਾਰਟ ਕੀਤਾ ਨੂਨ ਟਾਈਮ ਤੋਂ ਜਦੋਂ ਸ਼ੋਪਿੰਗ ਕਰਨ ਗਏ ਸੀਗੇ ਠੀਕ ਹੈ ਥੋੜ੍ਹੇ ਜਿਹੇ ਕਲਿਪਸ ਵਗੈਰਾ ਔਰ ਵੀਡੀਓ ਸ਼ੂਟ ਕੀਤੀ ਆ ਕੁਛ ਸ਼ੋਪਿੰਗ ਕਰਨ ਦੀਆਂ ਮਾਈਨਰ ਜੀਆਂ ਉਹ ਸ਼ੂਟ ਕਰਨ ਤੋਂ ਬਾਅਦ ਘਰ ਵਾਪਸ ਆਏ ਹਾਂ ਅੱਜ ਦਾ ਪਲਾਨ ਹੈ ਕਿ ਨਾਈਟ ਸਟੇਅ ਕੀਤਾ ਜਾਵੇ ਫੁੱਲ ਨਾਈਟ ਨਹੀਂ ਦੇਖਾਂਗੇ ਮੈਕਸ ਤੋਂ ਮੈਕਸੀਮਮ ਟਾਈਮ ਸਪੈਂਡ ਕਰਾਂਗੇ ਔਨ ਦਾ ਜਬਲ ਹਫੀਤ ਲੈਟਸ ਕਮ ਵਿਦ ਅਸ ਆਈਸ ਬੋਕਸ ਕੁਛ ਨਾਈਟ ਸਟੇਅ ਕਰਨ ਲਈ ਖਾਣ ਪੀਣ ਨੂੰ ਐਵੇਂ ਪਲਾਸ ਗਰਮੀ ਜ਼ਿਆਦਾ ਹੋਣ ਕਰਕੇ ਨਾ ਬਾਰਬੀਕਿਊ ਨਹੀਂ ਕਰ ਸਕਦੇ ਪਏ ਨੇ ਇਹਨਾਂ ਵਿੱਚ ਘਰੋਂ ਫੂਡ ਰੈਡੀ ਕੀਤਾ ਠੀਕ ਹੈ ਉਹਨਾਂ 'ਚ ਪੈਕ ਕਰਕੇ ਉੱਥੇ ਜਾ ਕੇ ਆਪਣਾ ਸੈਟਅਪ ਕਰਕੇ ਫਿਰ ਅਸੀਂ ਫੂਡ ਵਾਲਾ ਡਿਨਰ ਵਗੈਰਾ ਕਰਾਂਗੇ ਅੱਛਾ ਇਹ ਪਲਾਸਟਿਕ ਦੇ ਵਿੱਚ ਲੇਜ਼ ਵਗੈਰਾ ਬੱਚੇ ਲਈ ਸਾਡੇ ਲਈ ਸਾਰਿਆਂ ਦੇ ਲਈ ਇਹ ਦੋ ਚੇਅਰ ਹੋ ਗਈਆਂ ਟੈਂਟ ਪਿੱਲੋ ਵਗੈਰਾ ਦੀ ਜ਼ਰੂਰਤ ਪਏਗੀ ਬਲੈਂਕਟ ਹੈਗਾ ਇੰਨੀ ਗਰਮੀ ਤਾਂ ਨਹੀਂ ਲੇਕਿਨ ਥੱਲੇ ਟੈਂਟ ਦੇ ਵਿੱਚ ਥੱਲੇ ਵਿਛਾਉਣ ਲਈ ਚਟਾਈ ਕਹਿੰਦੇ ਆਪਾਂ ਇਹਦੇ ਵਿੱਚ ਟਿਸ਼ੂ ਬੋਕਸ ਪੋਰਟੇਬਲ ਗਲਾਸਿਸ ਔਰ ਛੋਟੇ ਭਰਾਵਾਂ ਬਾਰੇ ਜਿੰਨੇ ਦੁਨੀਆਂ ਦੇ ਛੋਟੇ ਭਰਾ ਨੇ ਜਿੰਨੇ ਦੁਨੀਆਂ ਦੇ ਛੋਟੇ ਭਰਾ ਨੇ ਮੈਂ ਸੁਣਦਾ ਰਿਹਾ ਕਾਫੀ ਜਣਿਆਂ ਤੋਂ ਕਿ ਯਾਰ ਉਹਨਾਂ ਨੂੰ ਸੈਕਿੰਡ ਹੈਂਡ ਸਮਾਨ ਮਿਲਦਾ ਵੱਡੇ ਭਰਾਵਾਂ ਦਾ ਯੂਜ਼ ਕੀਤਾ ਸਮਾਨ ਮਿਲਦਾ ਟੀ ਸ਼ਰਟ ਹੋ ਗਈ ਪੈਂਟ ਹੋ ਗਈ ਫੋਨ ਹੋ ਗਿਆ ਕੁਛ ਵੀ ਇਹਦੇ ਮੈਂ ਸਖ਼ਤ ਖਿਲਾਫ ਹਾਂ ਮੇਰਾ ਭਰਾ ਬੈਠਾ ਤੁਹਾਡੇ ਮੂੰਹ 'ਤੇ ਆ ਇਹਨੂੰ ਪੁੱਛ ਲਿਓ ਇਹਨੂੰ ਸੱਚੀ ਮਿਲਦਾ ਸੈਕਿੰਡ ਹੈਂਡ ਮੇਰਾ ਨਾਂ ਲੈ ਕੇ ਆਉਂਦਾ ਸਾਰਾ ਸਮਾਨ ਇਹ ਜਬਲ ਹਫੀਤ ਤੇ ਆ ਗਿਆ ਜੀ ਥੋੜਾ ਕਿੰਨੇ 5 ਮਿੰਟ ਦਾ ਰਾਹ ਰਹਿ ਗਿਆ ਬਾਈ 10 ਮਿੰਟ ਮੈਕਸਿਮਮ 10 ਮਿੰਟ ਉਹਨੂੰ ਟੱਚ ਕਰਨ ਲਈ ਲੇਕਿਨ ਉੱਪਰ ਜਾਣ ਨੂੰ ਹਲੇ ਟਾਈਮ ਲੱਗੇਗਾ ਥੋੜੀ ਜ਼ਿਆਦਾ ਉਚਾਈ ਆ ਬਹੁਤ ਜ਼ਿਆਦਾ ਉਚਾਈ ਆ ਆਈਸ ਪੈ ਰਹੀ ਆ ਉੱਥੇ ਤੁਹਾਨੂੰ ਨਹੀਂ ਪਤਾ ਕੰਬਲ ਨਾਲ ਲਏ ਹੋਏ ਨੇ ਕੰਬਲ ਅਸੀਂ ਇਹ ਵਾਲੀ ਮਾਊਂਟੇਨ ਹੈ ਪਹਾੜੀ ਇਹ ਜਬਲ ਹਫੀਤ ਜਬਲ ਹਫੀਤ ਦੀ ਜਰਨੀ ਸਟਾਰਟ ਹੋ ਗਈ ਹੈ ਹੁਣ ਬਾਈ ਆਪਣਾ ਡਰਾਈਵ ਕਰ ਰਿਹਾ ਬਹੁਤ ਅੱਛੀ ਤਰੀਕੇ ਨਾਲ ਪਹਾੜੀਆਂ ਦੋਨੇ ਪਾਸੇ ਔਰ ਇਹ ਇਮਤਿਹਾਨ ਹੁੰਦਾ ਡਰਾਈਵਰ ਦਾ ਇਹ ਜੋ ਹਾਈਵੇ ਬਣਾਇਆ ਨਾ ਇਹ ਪਹਾੜੀ ਕੱਟ ਕੇ ਉੱਪਰ ਤੱਕ ਸਿੱਧਾ ਬਿਲਕੁਲ ਵਧੀਆ ਚੀਜ਼ ਜੋ ਮਤਲਬ ਇੱਕ ਗਵਰਨਮੈਂਟ ਨੂੰ ਦੇਣੀ ਚਾਹੀਦੀ ਆਪਣੀ ਪਬਲਿਕ ਨੂੰ ਆਪਣੇ ਪੀਪਲ ਨੂੰ ਉਹ ਤੁਸੀਂ ਦੇਖਿਆ ਹੋਣਾ ਦਿਖਾ ਰਿਹਾ ਤੁਹਾਨੂੰ ਠੀਕ ਹੈ ਇੱਥੇ ਤੁਸੀਂ ਸਟੇਅ ਕਰ ਸਕਦੇ ਹੋ ਅਗਰ ਤੁਸੀਂ ਵਿਜ਼ਿਟ ਕਰਦੇ ਹੋ ਜਬਲ ਹਫੀਤ ਤੇ ਵਿਜ਼ਿਟਰਸ ਆਏ ਹੋਏ ਨੇ ਸਟੇਅ ਕਰਨ ਲਈ
ਨਹੀਂ ਆਪਾਂ ਤਾਂ ਨੇੜੇ ਹੀ ਰੱਖੋ ਬਸ ਹਾਈਵੇ ਨਹੀਂ ਜੀ ਆ ਗਏ ਅਸੀਂ ਟੌਪ 'ਤੇ ਜਬਲ ਹਫੀਤ 'ਤੇ ਪਾਰਕ ਕਰਕੇ ਬਾਹਰ ਨਿਕਲਦੇ ਹਾਂ ਫਿਰ ਦੇਖਦੇ ਹਾਂ ਨਜ਼ਾਰੇ ਰੀਚ ਕਰ ਗਏ ਹਾਂ ਜਬਲ ਹਫੀਤ 'ਤੇ ਅਤੇ ਬੈਕ ਸਾਈਡ 'ਤੇ ਇੱਥੇ ਬਾਹਰ ਲੱਗੀ ਆ ਬਾਉਂਡਰੀ ਤੁਸੀਂ ਇਹਨੂੰ ਕ੍ਰੋਸ ਨਹੀਂ ਕਰ ਸਕਦੇ ਯਾਰ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਭੂੰਡ ਆਸ਼ਕ ਇੱਥੇ ਵੀ ਹੈਗੇ ਨੇ ਬਹੁਤ ਤੁਸੀਂ ਅਗਰ ਦੇਖੋ ਨਾ ਪਹਾੜੀ ਦੇ ਉੱਤੇ ਆਹ ਮਾਊਂਟੇਨ ਦੀ ਵਾਲ ਆ ਇੱਕ ਸਾਈਡ ਆ ਇੱਥੇ ਵੀ ਭੂੰਡ ਆਸ਼ਕ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਚੁੱਕੇ ਨੇ ਆਪਣੀ ਆਪਣੀ ਭਾਸ਼ਾ ਲੈਂਗੁਏਜ ਦੇ ਵਿੱਚ ਹਾਰਟ ਬਣਾ ਕੇ ਕੁਛ ਕੁਛ ਬਣਾ ਕੇ ਮਤਲਬ ਉਹਦਾ ਸੱਚਾ ਪਿਆਰ ਜੱਗ ਜ਼ਾਹਿਰ ਕੀਤਾ ਹੋਇਆ ਠੀਕ ਹੈ ਇਹਨੂੰ ਆਪਣੇ ਪੰਜਾਬ ਦਾ ਭੂੰਡ ਆਸ਼ ਕਹਿੰਦੇ ਆ ਉਹ ਵੀ ਵਿਚਾਰੇ ਜਿੱਥੇ ਸਫੈਦਾ ਮਿਲੇ ਜਿੱਥੇ ਕੋਈ ਵੀ ਵੱਡਾ ਮੋਟਾ ਟ੍ਰੀ ਮਿਲੇ ਕੋਈ ਪੱਥਰ ਮਿਲੇ ਲੈ ਕੇ ਨਾ ਉਹ ਕਲਮਾਂ ਜੀ ਸੀ ਦਾਣਾ ਤਾਰਾ ਸਾਰਾ ਇਹ ਗਰੁੱਪ ਆਇਆ ਕੋਈ ਕਿਸੇ ਨੇ ਡੇਟ ਪਾਈ ਆ ਕਦੋਂ ਵਿਜ਼ਿਟ ਕੀਤਾ ਇੱਕ ਆਪਾਂ ਇਹਨੂੰ ਕੰਸੀਡਰ ਕਰੀਏ ਤਾਂ ਕੋਈ ਵੀ ਚੀਜ਼ ਬਣਦੀ ਆ ਵਿਜ਼ਿਟ ਲਈ ਬਣਦੀ ਆ ਉਹਨੂੰ ਅੱਛੇ ਤਰੀਕੇ ਨਾਲ ਰੱਖਣਾ ਚਾਹੀਦਾ ਹਾਊਸ ਕੀਪਿੰਗ ਕਰਕੇ ਠੀਕ ਹੈ ਇਹ ਨਾਮ ਵਗੈਰਾ ਅਗਰ ਦੇਖਦੇ ਹਾਂ ਆਪਾਂ ਅੱਛੇ ਹੀ ਲੱਗਦੇ ਆ ਇਟਸ ਨੋਟ ਲੁਕਸ ਗੁੱਡ ਐਕਚੁਲੀ ਆਹ ਤਾਂ ਪੰਦਰ ਨੇ ਪੂਰੀ ਕਲਾ ਕੀਤੀ ਹੋਈ ਆ ਆਪਦੇ ਘਰੋਂ ਪੇਂਟ ਲੈ ਕੇ ਆਇਆ ਚੰਗੀ ਤਰ੍ਹਾਂ ਹੀ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਅਗਰ ਅਸੀਂ ਇੱਥੇ ਇਹੋ ਜਿਹੀ ਜਗ੍ਹਾ 'ਤੇ ਨਾਮ ਲਿਖਾਂਗੇ ਆਪਦੀ ਮਸ਼ੂਕਾਂ ਦਾ ਗਰਲਫ੍ਰੈਂਡ ਦਾ ਉਹ ਸੱਚਾ ਪਿਆਰ ਤਾਂ ਹੀ ਲੱਗ ਜ਼ਾਹਿਰ ਹੋਣਾ ਹਨਾ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਉਹਨੂੰ ਪਿਆਰ ਕਰਦਾ ਆਹੋ ਹੁਣ ਲੈਕਤਾ ਉਹਨੂੰ ਤਸੱਲੀ ਮਿਲ ਗਈ ਹੋਣੀ ਹੈ ਚਲੋ ਠੀਕ ਹੈ ਟੋਪਿਕ ਕਲੋਜ਼ ਕਰਦੇ ਹਾਂ ਮੌਸਮ ਬਹੁਤ ਵਧੀਆ ਮੌਸਮ ਆ ਤੁਹਾਨੂੰ ਇੱਕ ਰਾਊਂਡ ਅਪ ਲੈ ਕੇ ਦੇ ਦਿੰਦਾ ਇਹ ਰੈਸਟੋਰੈਂਟ ਆ ਤੁਸੀਂ ਮੇਰੇ ਪਿੱਛੇ ਦੇਖਦੇ ਹੋ ਇਹ ਰੈਸਟੋਰੈਂਟ ਦੇ ਨਾਲ ਆਸ਼ਕਾਂ ਦੀ ਕੰਧ ਆ ਜਾਂਦੀ ਆ ਮਸ਼ਹੂਰ ਠੀਕ ਆ ਇੱਥੇ ਭਰੇ ਹੋਏ ਪੂਰੇ ਆਸ਼ਕਾਂ ਦੇ ਨਾਮ ਸਾਰੇ ਵਿਜ਼ਿਟਰਸ ਆ ਕੇ ਬੱਚਿਆਂ ਲਈ ਪਾਰਕ ਆ ਉੱਥੇ ਇੰਜੋਏ ਕਰਦੇ ਨੇ ਠੀਕ ਹੈ ਉਹ ਇਹ ਇਹ ਵਾਲੀ ਚੀਜ਼ ਇਹ ਮਰਕਰੀ ਹੋਟਲ ਹੈ ਬੁੱਕ ਕਰਕੇ ਠੀਕ ਹੈ ਇੱਕ ਮਰਕਰੀ ਹੋਟਲ ਦਾ ਕਿ ਸਾਈਡ ਵਿਊਜ਼ ਦਾ ਨਜ਼ਾਰਾ ਲੈ ਸਕਦੇ ਹੋ ਓਕੇ ਬਸ ਇੰਨਾ ਕੀ ਏਰੀਆ ਮਿੱਤਰ ਇਹ ਬਾਉਂਡਰੀ ਲਾਈਨ ਲੱਗੀ ਹੋਈ ਆ ਠੀਕ ਹੈ ਫੈਂਸ ਲੱਗੀ ਆ ਇਹਨੂੰ ਕ੍ਰੋਸ ਨਹੀਂ ਕਰ ਸਕਦੇ ਹੁਣ ਅਤੇ ਇਹ ਪਾਰਕਿੰਗ ਏਰੀਆ ਇਹ ਵਾਲਾ ਸਾਰਾ ਪਾਰਕਿੰਗ ਏਰੀਆ ਇੱਥੇ ਤੁਸੀਂ ਗੱਡੀ ਪਾਰਕ ਕਰੋ ਆਪਣੀ ਗੱਡੀ ਪਾਰਕ ਕਰਕੇ ਇੱਧਰ ਵਾਕ ਕਰਕੇ ਇੱਥੇ ਬੱਚਿਆਂ ਦੀ ਪਾਰਕ ਇੱਥੇ ਤੁਸੀਂ ਨਾਈਟ ਸਟੇਅ ਕਰਨੀ ਆ ਆਪਦਾ ਲੈ ਕੇ ਜੋ ਕੈਂਪੇਨ ਦਾ ਹੁੰਦਾ ਮਟੀਰੀਅਲ ਉਹ ਲੈ ਕੇ ਤੁਸੀਂ ਆਪਦੀ ਫੁੱਲ ਨਾਈਟ ਸਟੇਅ ਵੀ ਕਰ ਸਕਦੇ ਹੋ ਜ਼ਿਆਦਾ ਅੱਜ ਸਟੇਅ ਵਾਲੇ ਮੈਨੂੰ ਵਿਜ਼ਿਟਰ ਨਹੀਂ ਲੱਗ ਰਹੇ ਕਿਉਂਕਿ ਲਾਸਟ ਟਾਈਮ ਜਦੋਂ ਵਿਜ਼ਿਟ ਕੀਤਾ ਸੀ ਇੱਥੇ ਰਸ਼ ਸੀਗਾ ਪੂਰਾ ਟੈਂਟ ਵਗੈਰਾ ਲਗਾ ਕੇ ਲੋਕ ਬੈਠੇ ਸੀਗੇ ਔਰ ਮੌਸਮ ਤਾਂ ਪੁੱਛੋ ਹੀ ਨਾ ਯਾਰ ਰੀਅਲੀ ਇਟ ਇਜ਼ ਵੈਰੀ ਗੁੱਡ ਮੌਸਮ ਬਿਲਕੁਲ ਨਾ ਕੋਈ ਨਾ ਹਿਊਮਿਡਿਟੀ ਆ ਨਾ ਕੋਈ ਹੌਟ ਹੈ ਕੋਈ ਕੁਛ ਨਹੀਂ ਮਤਲਬ ਜਿਵੇਂ ਆਪਾਂ ਬਿਲਕੁਲ ਜਿਵੇਂ ਪੰਜਾਬ ਦੇ ਵਿੱਚ ਬੈਠੇ ਹੁੰਦੇ ਸਾਡਾ ਪਲਾਨ ਕੀ ਆ ਸਿਰਫ ਇੱਕ ਵਿਜ਼ਿਟ ਲੈਣਾ ਸੀ ਔਨ ਦਾ ਟੋਪ ਓਕੇ ਹੁਣ ਅਸੀਂ ਵੀ ਆਰ ਗੋਇੰਗ ਟੂ ਬੈਕ ਡਾਊਨ ਲੋਕੇਸ਼ਨ ਫਾਈਂਡ ਆਊਟ ਕਰਾਂਗੇ ਟੈਂਟ ਵਗੈਰਾ ਲਾ ਕੇ ਸਟੇਅ ਕਰਨ ਦਾ ਜੋ ਵੀ ਆ ਸਟੇਅ ਕਰਕੇ ਇੰਜੋਏ ਕਰੀਏ ਥੈਂਕ ਯੂ ਸੋ ਮੱਚ 61 ਪਲੱਸ ਸਬਸਕ੍ਰਾਈਬਰ ਹੋ ਗਏ ਨੇ ਮਤਲਬ ਯਾਰ ਇਹ ਹਾਸ ਰਿਹਾ ਦੇਖੋ ਲੇਕਿਨ ਬਟ ਅੱਛੀ ਅਚੀਵਮੈਂਟ ਆ ਠੀਕ ਆ ਸਲੋਲੀ ਹਰ ਇੱਕ ਕੰਮ ਗਰੋਥ ਕਰਦਾ ਹੁੰਦਾ ਅਤੇ ਸ਼ੋਅ ਤਾਂ ਇਹੀ ਕਰ ਰਿਹਾ 61 ਪਲੱਸ ਅਤੇ ਥੈਂਕ ਯੂ ਸੋ ਮੱਚ ਜਿੰਨਾ ਵੀ ਤੁਸੀਂ ਪਿਆਰ ਕਰਦੇ ਹੋ ਯਾਰ ਇੱਕ ਇਹ ਬਾਉਂਡਰੀ ਲਾਈਨ ਆ ਇਹ ਕ੍ਰੋਸ ਨਹੀਂ ਕਰ ਸਕਦੀ ਲਾਈਨ ਲੇਕਿਨ ਅਗਰ ਤੁਸੀਂ ਕੁਛ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਨਾ ਕਿ ਸਾਇਲੈਂਟ ਡੀਸੈਂਟ ਮੋਸਟ ਵੈਲਕਮ ਗਾਈਜ਼ ਦਿਸ ਇਜ਼ ਐਂਟਰੀ ਪੁਆਇੰਟ
in or exit. थोड़ा ही बाउंड्री पाथ क्रॉस करना पड़ा यार, ठीक है? Charity work. Location find out कर ली है. This is the area. कैंपेन का सेटअप हो चुका है, थोड़ा टाइम लग गया. अच्छा फील हो रहा है और बिल्कुल रिलैक्स होके फुल नाइट असं इतने चिल करांगे, मजे करांगे. ओके थोड़ी नज़र मार दें थोड़े सेटअप से, ठीक है? कम लेट्स गो, आई विल शो यू. हियर इट इज कैंपेन. कम ओवर हियर, कम. दिस इज द सेटअप, वी डिड इट. Space, enough space is here. LED light. And here we go. Now we can see all the food here. Dinner food. Okay guys. और ਨਾਲ ਨਾਲ ਆਪਾਂ ਖਾਵਾਂਗੇ, ਗੱਲਾਂ ਬਾਤਾਂ ਵੀ ਕਰਾਂਗੇ ਔਰ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ, ਠੀਕ ਹੈ? Guys, it is very very nice place. Decent. ਕੋਈ ਸ਼ੋਰ ਸ਼ਰਾਬਾ ਨਹੀਂ ਹੈ, ਕੁਝ ਨਹੀਂ ਹੈ. ਤੁਸੀਂ ਅਗਰ ਦੇਖੋ ਆਪਦਾ ਇੱਥੇ ਆ ਕੇ ਫੈਮਿਲੀ ਨਾਲ ਇੰਜੋਏ ਅੱਛੇ ਤਰੀਕੇ ਨਾਲ ਕਰ ਸਕਦੇ. ਚਾਹ ਦਾ ਬੰਦੋਬਸਤ ਵੀ ਆ, ਪਕੌੜੇ ਵੀ ਆ, ਸਾਰਾ ਕੁਛ ਆ. ਚਲੋ ਓਕੇ, ਡਿਨਰ ਤੋਂ ਬਾਅਦ ਮਿਲਦਾ. ਕੋਈ ਏ ਸੀ, ਕੋਈ ਪੱਖਾ, ਕੁਛ ਨਹੀਂ ਬਾਈ, ਕੰਮ ਕਰਦਾ. ਬਹੁਤ ਸੋਹਣਾ ਵੈਦਰ. 12 ਵੱਜ ਗਿਆ, ਕ੍ਰਿਕਟ ਖੇਡਣਾ, ਬੈਟ ਕੋਈ ਹੈ ਨਹੀਂਗਾ, ਬੋਲ ਹੈਗੀ ਆ ਉਹ ਵੀ ਏਡੀ ਵੱਡੀ. ਬਹੁਤ ਪੁਰਾਣਾ ਟਾਈਮ ਯਾਦ ਆ ਗਿਆ. ਇਨ ਸਵਿੰਗ, ਆਊਟ ਸਵਿੰਗ, ਸਪਿਨ, ਫਾਸਟ, ਮੀਡੀਅਮ ਪੇਸ, ਕੁਛ ਵੀ. ਚੱਲ ਬਾਈ ਪਾ, ਦੇ ਰਿਹਾ ਇਹਦੀ ਬੋਲ ਇਨ ਹੁੰਦੀ ਹੈ ਜਾਂ ਆਊਟ ਹੋ ਰਹੀ ਆ ਇੰਨੇ ਸਾਲਾਂ ਬਾਅਦ. ਓਕੇ ਨਾਓ ਮਾਈ ਟਰਨ. ਓਕੇ ਯੈਸ ਯੈਸ. 12 ਵੱਜ ਗਏ ਆ, ਕਾਫੀ ਇੰਜੋਏ, ਮਤਲਬ ਇੱਕ ਡੀਸੈਂਟ ਸੋਹਣਾ ਟਾਈਮ ਫੈਮਿਲੀ ਦਾ ਸਪੈਂਡ. ਔਰ ਹੋਰ ਵੀ ਸਟੇ ਹੈਗੀ ਆ ਹਲੇ, ਲੇਕਿਨ ਥੋੜ੍ਹਾ ਜਿਹਾ ਬੋਰ ਹੋ ਰਹੇ ਸੀਗੇ. ਚਲੋ ਗੇਮ ਪਲੇ ਕਰਦੇ ਹਾਂ. ਉਹ ਲੱਗਿਆ ਹੋਇਆ ਗੇਮ ਪਲੇ ਕਰਨ ਮੇਰੇ ਨਾਲ, ਪੁਰਾਣੀ ਯਾਦ, ਬੋਲ ਕਿਵੇਂ ਕਰਾਉਣੀ ਆ. ਸਕੂਲ ਟਾਈਮ ਖੇਡ ਲੈਂਦੇ ਸੀ ਯਾਰ, ਬਹੁਤ ਕ੍ਰਿਕਟ ਖੇਡੀ ਹੈ, ਬਹੁਤ ਜ਼ਿਆਦਾ. ਅਤੇ ਰੈਸਟ ਕਰਦੇ ਹਾਂ ਥੋੜ੍ਹੀ, ਰੈਸਟ ਦਾ ਮਤਲਬ ਵੀ ਨਹੀਂ ਪੈਦਾ ਹੁੰਦਾ. ਸੋਹਣੀ ਮਹਿਫਲ ਲੱਗੀ ਹੋਈ ਹੈ, ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਹੈ ਨਾ? ਅਤੇ ਇਹ ਟਾਈਮ ਈਦ ਦੀਆਂ ਛੁੱਟੀਆਂ ਚੱਲਦੀਆਂ ਨੇ ਜੀ, 4 ਛੁੱਟੀਆਂ ਨੇ. ਅਤੇ ਅੱਜ ਪਹਿਲੀ ਸੀਗੀ ਫਰਾਈਡੇ, ਠੀਕ ਹੈ? ਉਹਨੂੰ ਅਸੀਂ ਮੈਕਸੀਮਮ ਟਰਾਈ ਕੀਤਾ ਕਿ ਫੈਮਿਲੀ ਨਾਲ ਸਪੈਂਡ ਕੀਤਾ ਜਾਵੇ. ਓਕੇ, ਅਤੇ ਵੀ ਆਰ ਗੋਇੰਗ ਟੂ ਹਾਊਸ. ਨਾਓ ਵੀ ਆਰ ਮੂਵਿੰਗ ਟੂ ਆਵਰ ਹਾਊਸ. ਆਲ ਟੋਟਲ ਮਿਲਾ ਕੇ ਅਸੀਂ ਤਕਰੀਬਨ ਕਿੰਨੇ ਵਜੇ ਅਸੀਂ ਛੁੱਟੇ ਆਪਾਂ? 7:30. ਵੀ ਰੀਚਡ ਹੇਅਰ 6:30. ਫਰੋਮ 6:30 ਨਾਓ 2:00 ਇੰਜੋਏਬਲ. ਟੋਟਲ ਮਿਲਾ ਕੇ ਰਿਜ਼ਲਟ ਇਹ ਨਿਕਲਦਾ, ਅਗਰ ਤੁਸੀਂ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ, ਠੀਕ ਹੈ, ਔਰ ਥੋੜ੍ਹਾ ਟਾਈਮ ਉਹਨਾਂ ਨੂੰ ਦੇਣਾ ਵਿਦਆਊਟ ਨੈੱਟ, ਵਿਦਆਊਟ ਫੋਨ, ਕੈਂਪੇਨ ਕਰ ਸਕਦੇ ਹੋ ਅਲੈਨ ਜਬਲ ਹਫੀਤ 'ਤੇ ਆ ਕੇ. ਗਾਇਜ਼, ਅਸੀਂ ਪਹੁੰਚ ਗਏ ਹਾਂ ਘਰ, ਹਾਊਸ. ਟਾਈਮ ਬਹੁਤ ਜ਼ਿਆਦਾ ਹੋ ਗਿਆ ਅਤੇ ਥੱਕ ਵੀ ਜ਼ਿਆਦਾ ਗਏ ਹਾਂ ਸਵੇਰ ਦੀ ਭੱਜ ਨੱਠ, ਸ਼ੋਪਿੰਗ ਵਗੈਰਾ ਸਾਰਾ ਕੁਛ ਕਰਨ ਤੋਂ ਬਾਅਦ. ਓਕੇ, ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦਾ. ਥੈਂਕ ਯੂ ਸੋ ਮੱਚ. ਪਲੀਜ਼ ਡੂ ਸਬਸਕ੍ਰਾਈਬ, ਲਾਈਕ, ਸ਼ੇਅਰ ਐਂਡ ਕਮੈਂਟ. ਕੱਲ੍ਹ ਨੂੰ ਮਿਲਦੇ ਇੱਕ ਨਵੇਂ ਵਲੌਗ ਨਾਲ, ਕੋਈ ਟੈਨਸ਼ਨ ਨਹੀਂ. ਜੋ ਵੀ ਪਲਾਨ ਬਣਿਆ, ਕੈਮਰਾ ਤਾਂ ਔਨ ਰੱਖਾਂਗੇ ਆਪਾਂ, ਉਹ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ.
ठीक है, ओके, गुड नाइट, शब्बा खैर, मिलते हैं सवेरे।